نظر آگے ہوگی کافی. ارے بے وقوفوں, ایک عرصے سے یہ عوام کا لہو پی رہے ہیں, اب اور کیا پیو گے؟ کچھ نہیں پینا, تسی جا کے موٹی شیروانی لا دیو اور ڈرامے دے چاچ پتنا نہ کٹا لینا. اور تسی ہمیں اپنا خون سارن دے ہو, چہرے تو بھوک لگتی ہے تہاڈے, آؤ تمہوں کنٹین سے لے جا کے لوکاں نوں وہائیے رج رج کھان دے نے. چھوٹی دنیا میری ذرا غور کرو, یہو جی چیزاں نہ بچے کاپیاں تے نشان لاؤندے نے. جا کام کر, ایویں لت کھاتی کٹنے تے کٹ, اینوں سمجھ نہیں آندی کمن دا. بسم اللہ, اے تسی فلم وچ کم کردے ہو جی؟ ہاں جی, کوئی اعتراض؟ کیڑا مطلب ہے, شوٹنگ تو سیدھا ہی ایئرپورٹ تے آ گئے؟ نہیں جی نہیں, وچ 2000 موڑ بھی آئے. اے تہاڈا چور سوچے جی؟ گل میں کرن دیا, جواب توں دین دیا. کیوں, میں کنک نہیں کھاتا؟ تیرے تو لگتا توں باجرا کھاندا ہوئے گا. دسو جی, میرے سر وچ پہلے ہی بڑی پیڑ ہو رہی ہے. میں ہنے چاہ لے کے آوا جی, ایلے کی کر لندا ہم مراد نے. بسم اللہ, تہاڈے لئی کی لے کے آوا جی؟ کچھ بھی لے آیا. پولیس لے آوا؟ کی بکواس ہے, گل کر رہے ہیں. کی لے آوا تہاڈے لئی؟ ایسا کر, کوئی گرم گرم چیز لے کے آ. سریا تتا کر کے لے آوا؟ میرے لیے کرایہ تے سائیکل لایا. میرے کسی کو 500 روپیہ ادھار پھڑ لیا. میں لگتا تہاڈی صلاح نہیں گی. کریلے گوشت پک گئے, وہ میرے لیے, تسی دسو کی کھانا. تین یہ دس, ایئرپورٹ والے نے تیرے لیے تو نہیں بنایا ایئرپورٹ, ہر چیز تھی کھائی جان دے. تے لی جی, تے لی میں گنگرو گوشت لے آؤں. تیرا وجود ہے, تم اپنا نام رکھ نوراں دیسی. بیگم دا کی حال ہے؟ ٹھیک ٹھاک ہے نا جی؟ جی ٹھیک ٹھاک ہی, باقی سب ٹھیک ہے نا؟ حکمت شروع کرتی. انہیں کیا, بابا جی باہر پیسے وٹاؤندے نے, آپ ہی وٹانگے.
ਬਕਵਾਸ ਕਰੀ ਜਾਂਦੇ। ਬਾਜੀ ਇਹ ਘੁੰਮਣ ਸਾਹਿਬ ਉਹੀ ਨੇ ਨਾ ਜਿਨ੍ਹਾਂ ਨੇ ਸਾਨੂੰ ਚੌਹਟ ਆਉਣ ਵਾਲੀ ਕੋਠੀ ਬਣਵਾ ਕੇ ਦਿੱਤੀ ਸੀ। ਉਹੀ ਨੇ ਜਿਨ੍ਹਾਂ ਨੇ ਸਾਨੂੰ ਕੋਠੀ ਬਣਾ ਕੇ ਦਿੱਤੀ ਸੀ। ਹਾਏ ਹਾਏ ਐਡੇ ਪਿਆਰ ਨਾਲ ਕੋਠੀ ਬਣਾ ਕੇ ਦਿੱਤੀ, ਸੁਭਾਨ ਅੱਲਾ। ਮਜ਼ਦੂਰਾਂ ਤੋਂ ਪਹਿਲੇ ਆਏ ਹੁੰਦੇ ਸਨ, ਕਈ ਵਾਰੀ ਮੈਂ ਵੇਖਿਆ ਸਾਈਕਲ ਤੇ ਸੀਮਿੰਟ ਲਿਆਉਂਦੇ ਆ। ਮੈਂ ਕਹਿੰਦਾ ਜੀ ਕਈ ਵਾਰੀ ਤੇ ਘੁੰਮਣ ਸਾਹਿਬ ਨੇ ਇੱਟ ਫੜਾਉਣ ਦੇ ਚੱਕਰ 'ਚ ਤਿੰਨ ਵਾਰੀ ਤੇ ਆਪਣਾ ਸਿਰ ਹੀ ਪੜਵਾਇਆ। ਹਾਂ ਹਾਂ ਉਹ ਯਾਦ ਹੈ ਬੀਬੀ ਜੀ ਜਦੋਂ ਤੁਸੀਂ ਘੁੰਮਣ ਸਾਹਿਬ ਨੂੰ ਕਿਹਾ ਘਰ ਨੂੰ ਦਰਵਾਜ਼ਾ ਲਿਆਉਣਾ ਤੇ ਦਰਵਾਜ਼ਾ ਲਿਆ ਕੇ ਦਿਓ, ਘੁੰਮਣ ਸਾਹਿਬ ਦਰਵਾਜ਼ਾ ਲੈਣ ਗਿਆ ਤੇ ਬਸ ਦਾ ਦਰਵਾਜ਼ਾ ਲੈ ਆਏ। ਉਹ ਬਸ ਦਾ ਦਰਵਾਜ਼ਾ ਘਰ ਨੂੰ ਲਾਇਆ, ਜਿਹੜਾ ਮਹਿਮਾਨ ਅੰਦਰ ਆਉਂਦਾ ਸੀ ਅੰਦਰ ਆ ਕੇ ਕਹਿੰਦਾ ਸੀ ਚੱਲ ਯਾਰ ਅਗਲੇ ਸਟਾਪ ਤੇ ਮੈਨੂੰ ਲਾ ਦੇ। ਭਾਈ ਘੁੰਮਣ ਸਾਹਿਬ ਦੇ ਕਿਸੇ ਵੇਲੇ ਸਾਡੇ ਖਾਸ ਮਹਿਮਾਨ ਹੁੰਦੇ ਸਨ। ਉਹ ਜੀ ਉਹ ਆਪਾ ਜੀ ਸਨ ਜੀ ਮੈਨੂੰ ਘੁੰਮਣ ਸਾਹਿਬ ਦੇ ਅਸਰ ਦੌਲਤਾਂ ਦੇ ਅਸਰ ਨੇ, ਸੱਜੇ ਕੁੜੀਆਂ ਖੱਬੇ ਕੁੜੀਆਂ ਆਲੇ ਦੁਆਲਿਓ ਫੋਨ, ਮੂੰਹ ਤੇ ਤੁਹਾਡਾ ਸਲੂਕੇ ਵੇਚਣ ਵਾਲਾ ਹੀ ਹੈ। ਇਹਨੇ ਉਹ ਕਹਿਣ ਦੇ ਵੀ ਅੱਲਾ ਦਾ ਕਿੰਨਾ ਕਰਮ ਹੈ ਮਾਸ਼ਾਅੱਲਾ। ਹਾਂਜੀ ਘੁੰਮਣ ਸਾਹਿਬ, ਹਾਂਜੀ ਕਰੋੜਾਂ ਰੁਪਈਆ ਤੁਸੀਂ ਕੁੜੀਆਂ ਨੂੰ ਖਵਾ ਦਿੱਤਾ, ਬਾਲਦਾ ਨੂੰ ਹੱਜ ਨਹੀਂ ਕਰਾਇਆ। ਵੈਸੇ ਗੱਲ ਕਰ ਰਹੇ ਹੋਰ ਸੁਣਾਓ, ਜੋੜਾਂ ਦੀ ਦਰਦ ਠੀਕ ਹੋਈ ਕਿ ਨਹੀਂ? ਭਈ ਅਸੀਂ ਤਾਂ ਬੜੀ ਖਿਦਮਤ ਕੀਤੀ ਇਹਨਾਂ ਦੀ, ਇਹਨਾਂ ਨੇ ਵੀ ਸਾਡੀ ਬੜੀ ਖਿਦਮਤ ਕੀਤੀ। ਇਹਨੇ ਯਾਦ ਹੋ ਕੇ ਨਾ ਯਾਦ ਹੋ ਜਾ ਬੀਬੀ ਪਿੱਛੇ ਮੰਗਰਾ ਛੱਡ। ਹਾਏ ਸਿੱਧੀ ਤਰ੍ਹਾਂ ਕਿਉਂ ਨਹੀਂ ਕਹਿੰਦੀ ਕੋਇਲ ਬਾਨੋ ਕਿ ਤੂੰ ਇਨਕਾ ਪਹਿਲਾ ਇਸ਼ਕ ਹੋ। ਹਾਏ ਨੀ ਬੀਬੀ, ਅੱਲਾ ਕਰੇ ਤੂੰ ਇਨਕਾ ਆਖਰੀ ਇਸ਼ਕ ਹੋਵੋ। ਆਮੀਨ ਸੁਮਾਮੀ। ਉਹ ਕਿਉਂ ਐਵੇਂ ਖਾਂ ਖੈਨੇ ਦੇ ਮੂੰਹ ਲੱਗ ਕੇ ਆਪਣਾ ਮੂਡ ਖਰਾਬ ਕਰਨੀ ਕਸ਼ਿਸ਼? ਉਹ ਜਨਾਬ ਇਹਨਾਂ ਦਾ ਮੂਡ ਠੀਕ ਹੋ ਜਾਂਦਾ, ਇਹਨਾਂ ਨੂੰ ਡਿਊਟੀ ਫ੍ਰੀ ਸ਼ਾਪ ਤੇ ਲੈ ਜਾਓ ਤੇ ਮੂਡ ਠੀਕ ਕਰਕੇ ਲੈ ਆਓ। ਹਲਾ ਆਓ ਜੀ। ਤੈਨੂੰ ਸ਼ਾਪਿੰਗ ਕਰਾਵਾਂਗਾ। ਇਹ ਵੀ ਤਾਂ 10 ਲੱਖ ਰੁਪਇਆ ਮਿਲ ਕੇ ਦੇ ਥਰੂ ਰਿਹਾ, ਤੂੰ ਕਿਹੜਾ ਦੁੱਲਾ ਭੱਟੀ ਹੈ। ਇੱਧਰ ਨੂੰ ਨਿਕਲ ਗਿਆ ਭਾਈ ਜੀ, ਬਾਈ ਜਾਨ ਇਨਕਾ ਖਿਆਲ ਰੱਖੀਏਗਾ। ਕਿਉਂ ਜੀ, ਇਹਨਾਂ ਦੀ ਜੇ ਪਾਰਟੀ? ਨਹੀਂ ਨਹੀਂ, ਸ਼ਰੀਫ ਆਦਮੀ ਹੈ। ਆਪਕੋ ਕੋਈ ਪ੍ਰੋਬਲਮ ਹੋ ਮੁਝੇ ਬਤਾਏਂਗੇ, ਮੈਂ ਬਾਹਰ ਖੜਾ ਹੂੰ ਆਪਕੇ ਲਈ, ਪਲੀਜ਼। ਬਜ਼ੁਰਗੋ ਤੁਸੀਂ ਕੁਛ ਲਓਗੇ? ਮੈਂ ਤਾਂ ਖੁਦ ਲੰਡਨ ਸੇ ਕੁਛ ਲੈਣੇ ਜਾ ਰਹਾ ਹੂੰ। ਆਪ ਕਿਆ ਲੈਣੇ ਜਾ ਰਹੇ ਹੈਂ? ਮੈਂ ਆਪਣੇ ਬੇਟੇ ਕੀ ਲਾਸ਼। ਤੁਹਾਡਾ ਪੁੱਤਰ ਮਰ ਗਿਆ? ਪਿਛਲੇ 15 ਦਿਨੋਂ ਸੇ ਉਸਕੀ ਲਾਸ਼ ਲੰਡਨ ਕੇ ਮੁਰਦਾ ਖਾਨੇ ਮੇਂ ਬੇਗੌਰ ਕਫਨ ਪੜੀ ਹੈ। ਮਗਰ ਅਭੀ ਤੱਕ ਉਸੇ ਦਫਨਾਇਆ ਕਿਉਂ ਨਹੀਂ ਗਿਆ? ਇਸ ਲਈ ਕਿ ਵੋ ਇਲੀਗਲ ਥਾ, ਗੈਰ ਕਾਨੂੰਨੀ ਮਜ਼ਦੂਰੀ ਕਰਨੇ ਕੇ ਲੀਏ ਵੀਜ਼ਾ ਖਰੀਦ ਕਰ ਗਿਆ। ਬਦਕਿਸਮਤ ਥਾ, ਬੇਵਤਨ ਹੋ ਕੇ ਬੇਗੌਰੋ ਕਫਨ ਮਰ ਗਿਆ। ਲੇਕਿਨ ਮਰ ਕਰ ਤੋ ਹਰ ਕੋਈ ਯੇ ਲੀਗਲ ਔਰ ਇਲੀਗਲ ਕੀ ਕੈਦ ਸੇ ਆਜ਼ਾਦ ਹੋ ਜਾਤਾ ਹੈ। ਯਹੀ ਤੋ ਮੈਂ ਪੁੱਛਣਾ ਚਾਹਤਾ ਹੂੰ, ਕਿਆ ਲਾਸ਼ੇ ਵੀ ਕਾਨੂੰਨੀ ਔਰ ਗੈਰ ਕਾਨੂੰਨੀ ਹੋਤੀ ਹੈ? ਬੇਰੂਹ ਜਿਸਮ ਕੋ ਆਪਣੇ ਅੰਦਰ ਸਮੋਨੇ ਵਾਲੀ ਜ਼ਮੀਨ ਹਰ ਮੁਲਕ ਮੇ ਅਲਹਿਦਾ ਹੋਤੀ ਹੈ ਕਿਆ? ਹਰ ਮੁਲਕ ਮੇ ਅਲਹਿਦਾ ਹੋਤੀ ਹੈ ਕਿਆ? ਖੁਦਾ ਕੇ ਲੀਏ ਇਸ ਕੁਰਾਏ ਅਰਜ਼ ਕੋ ਮੁਖਤਲਿਫ ਮੁਲਕੋ ਮੇਂ ਤਕਸੀਮ ਕਰਨਾ ਤਖਲੀਕ